Thank you.
ਝੂਠ ਬੋਲ ਕੇ ਆਪਣੇ ਆਪ ਨੂੰ ਗੁਰੂ ਕਹੀ ਜਾਣਾ, ਉਹ ਤਾਂ ਆਪਣੇ ਮਨ ਨੂੰ ਦਿਲਾਸਾ ਦੇਣ ਵਾਲੀ ਗੱਲ ਹੈ। ਪਤਾ ਹੁੰਦਾ ਬੰਦੇ ਨੂੰ, 50 ਬੰਦਿਆਂ ਨੇ ਮੱਥਾ ਟੇਕ ਲਿਆ, ਸਭ ਨੇ ਟੇਕ ਲਿਆ, ਬੜਾ ਸਤਿਕਾਰ ਹੋ ਗਿਆ, ਲੈ ਵੀ ਮੇਰੇ ਵਰਗਾ ਹੈ ਨੀ ਕੋਈ। ਅੰਦਰ ਦੀ ਫੇਟ ਦਾ ਬੰਦੇ ਨੂੰ ਪਤਾ ਹੀ ਹੁੰਦਾ ਵੀ ਜੇ ਨਾਮ ਨਾ ਜਪਿਆ, ਗੁਰੂ ਨਾਲ ਨਾ ਜੁੜਿਆ, ਗੁਰੂ ਨਾਨਕ ਦੀ ਉਸਤਤ ਨਾ ਕੀਤੀ। ਪੂਰੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਤਾਂ ਜਿਹੜੀ ਲਾਈਨ ਦੇ ਵਿੱਚ ਇਹ ਸੰਸਾਰ ਲੱਗਿਆ ਹੋਇਆ, ਉਸੇ ਲਾਈਨ ਵਿੱਚ ਲੱਗਣਾ ਪੈਣਾ। ਕਿਸੇ ਨੂੰ ਛੋਟ ਕੋਈ ਨੀ ਸਹਾ ਸਕਦਾ। ਦਫ਼ਤਰ ਲੇਖਾ ਮੰਗੀ ਹੈ ਤਾਂ ਹੋਏਗਾ ਕੌਣ ਹਵਾਲ। ਲੇਖਾ ਉੱਥੇ ਇੱਕ ਮਿੰਟ ਤੋਂ ਪਹਿਲਾਂ ਮੁਕਰ ਨੀ ਸਕਦੇ ਵੀ ਇਹ ਨੀ ਕੀਤਾ। ਵੀਰ ਸਾਹਿਬ ਕਹਿੰਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲੇ ਤਿੰਨ ਲੀਆ ਅੰਚਲ ਲਾਏ। ਕਬੀਰ ਸਾਹਿਬ ਕਹਿੰਦੇ ਜਮਦੂਤਾਂ ਦੀ ਮਾਰ ਬੜੀ ਭੈੜੀ ਹੈ, ਜਮ ਕਾ ਠੇਂਗਾ ਛੇੜਾ ਰੱਖਦੇ ਕੋਲ ਆਪਣੇ। ਕਿਤੇ ਚਾਰ ਬੰਦੇ ਆਉਂਦੇ, ਦੋਵਾਂ ਕੋਲ ਗੁਰਜ ਹੁੰਦੀ ਹੈ, ਦੋਵਾਂ ਨੇ ਬਾਹਾਂ ਫੜੀਆਂ ਹੁੰਦੀਆਂ, ਉੱਡਦੇ ਲੈ ਕੇ ਜਾਂਦੇ। ਇੱਥੋਂ ਨਾਮ ਦੇ ਨਾਲ ਬਚਾਅ ਹੋ ਸਕਦਾ, ਹੋਰ ਕੋਈ ਬਚਾਅ ਨਹੀਂ। ਜੇ ਕੋਈ ਕਵੇ ਵੀ ਸਵਰਗ ਨਰਕ ਤਾਂ ਇੱਥੇ ਜੀ ਉੱਪਰ ਹੈ ਕੋਈ ਨਹੀਂ, ਇਹ ਤਾਂ ਆਪਣੇ ਮਨ ਨੂੰ ਸਮਝਾਉਣ ਦੀ ਗੱਲ ਹੈ। ਸਾਧ ਸੰਗਤ, ਜੋ ਗੁਰਬਾਣੀ ਵਿੱਚ ਲਿਖਿਆ ਨਾ, ਤਾਂ ਸਵਰਗ ਨਰਕ ਜੇ ਲਿਖਿਆ ਤਾਂ ਹੈ। ਕਿਸੇ ਵੀ ਵਸਤੂ ਦਾ ਨਾਮ ਜੇ ਹੈਗਾ ਤਾਂ ਉਹ ਵਸਤੂ ਹੁੰਦੀ ਹੈ। ਧਰਮਰਾਜ ਦਾ ਨਾਮ ਵੀ ਆਇਆ, ਰਾਜੇ ਇੰਦਰ ਦਾ ਨਾਮ ਵੀ ਆਇਆ, ਸਵਰਗ ਨਰਕ ਦਾ ਨਾਮ ਵੀ ਆਇਆ, ਤਾਂ ਉਹ ਹੈ। ਜਿਹੜੇ ਗੁਰਮੁਖ ਪਿਆਰੇ ਮੂਲ ਮੰਤਰ ਨਾਲ 50-50 ਸਾਲ ਜੁੜੇ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ, ਜਿਨ੍ਹਾਂ ਨੇ ਸਥਾਨ ਤੇ ਸੇਵਾ ਕੀਤੀ ਦੇਗ ਬਣਾਉਣ ਦੀ, ਸਾਰੀ ਉਮਰ ਮਹਾਂਪੁਰਖਾਂ ਤੋਂ ਪੈਸਾ ਨਹੀਂ ਲਿਆ। ਅਜੂਰੀਆ ਸਿੰਘ ਛੱਜੂ ਸਿੰਘ ਜੀ, ਉਹਨਾਂ ਦੀ ਮੈਂ ਗੱਲ ਸੁਣਾਉਣ ਲੱਗਿਆ। ਸਨ 77 ਦੇ ਵਿੱਚ ਮਹਾਰਾਜ ਜਦੋਂ ਪੈਨਸ਼ਨ ਆਏ, ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ, ਇੱਕ ਕਮਰੇ 'ਚ ਮਹਾਰਾਜ ਵਿਸ਼ਰਾਮ ਕਰਦੇ ਸੀ। ਗਰੀਬੀ ਬਹੁਤ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮੰਨਣਾ ਨਹੀਂ ਕਿਸੇ, ਅਸੀਂ ਦੇਵਾਂਗੇ। ਮਹਾਰਾਜ ਨੇ ਬਹੁਤ ਕੁਝ ਦਿੱਤਾ, ਪਰ ਉਹ ਵੇਲਾ ਬੜੀ ਪ੍ਰੀਖਿਆ ਦਾ ਵੇਲਾ। 2 ਰੁਪਏ ਕੀਰਤਨ ਦੇ ਹੋਏ, ਉਹ 2 ਰੁਪਏ ਵੱਡੇ ਮਹਾਰਾਜ ਜੀ ਹਜੂਰੀਆ ਸਿੰਘ ਨੂੰ ਕਹਿੰਦੇ ਇਹ ਤੂੰ ਰੱਖ ਲੈ। ਦੋਵੇਂ ਹੱਥ ਜੋੜ ਲਏ, ਕਹਿੰਦੇ ਮਹਾਰਾਜ ਅੱਜ ਤਾਂ ਇਹ ਗੱਲ ਕਹਿ ਦਿੱਤੀ, ਮੇਰੀ ਬੇਨਤੀ ਆ ਅੱਗੇ ਨੂੰ ਇਹ ਗੱਲ ਨਹੀਂ ਕਹਿਣੀ। ਮੈਂ ਮਾਇਆ ਕਰਕੇ ਨਹੀਂ ਜੁੜਿਆ, ਮੇਰੀ ਤਾਂ ਨੌਕਰੀ ਲੱਗੀ ਹੋਈ ਹੈ, ਸਰਕਾਰੀ ਨੌਕਰੀ, ਮੈਨੂੰ ਤਾਂ ਤਨਖਾਹ ਮਿਲਦੀ ਹੈ, ਪੈਨਸ਼ਨ ਵੀ ਲੱਗ ਜਾਣੀ ਹੈ। ਮਹਾਰਾਜ ਜਿਹੜੀ ਸੇਵਾ ਮੈਂ ਤੁਹਾਡੇ ਨਾਲ, ਇਹ ਸੇਵਾ ਲੁੱਟ ਕੇ ਲੈ ਜਾਣੀ ਹੈ, ਇਹ ਕਿਸੇ ਹੋਰ ਦੇ ਹਿੱਸੇ ਨਹੀਂ ਆਉਣੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਏਂਗੇ ਜੇ ਪ੍ਰਾਣ ਜਾਏਗੇ ਛੂਟ। ਇਹ ਸੱਚੀ ਗੱਲ, ਜਿਹਨੇ 12 ਤੋਂ 3 ਸਮਾਂ ਸਫਲਾ ਕਰ ਲਿਆ ਸਾਧ ਸੰਗਤ, ਉਹਦੇ ਵਰਗਾ ਭਾਗਾ ਵਾਲਾ ਵੀ ਕੋਈ
ਬਾਦਸ਼ਾਹੀ ਆ, ਖੁਸ਼ੀ ਰਹਿੰਦੀ, ਖੇੜਾ ਰਹਿੰਦਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਆਇਆ। ਮੇਰੀਆਂ ਮਾਤਾਵਾਂ ਭੈਣਾਂ ਉਸ ਵੇਲੇ 12 ਤੋਂ 3 ਜਿਹੜੀਆਂ ਮਾਤਾਵਾਂ ਭੈਣਾਂ ਜਾ ਕੇ ਮੂਲ ਮੰਤਰ ਜਪਦੀਆਂ, ਵਾਹਿਗੁਰੂ ਸ਼ਬਦ ਜਪਦੀਆਂ, ਸਾਧ ਸੰਗਤ ਪੂਰੇ ਪਰਿਵਾਰ ਦਾ ਹੀ ਧਾਰ ਹੋ ਜਾਂਦਾ ਗੱਜ ਕੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪ੍ਰਵੇਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ। ਉਹ ਬਾਦਸ਼ਾਹੀ ਦਾ ਸਮਾਂ ਹੁੰਦਾ ਸਾਧ ਸੰਗਤ, ਬਾਦਸ਼ਾਹੀ ਦਾ ਸਮਾਂ ਹੁੰਦਾ, ਉਸ ਵੇਲੇ ਦੇ ਭਿਖਾਰੀ ਬਣਨਾ ਦਿਨ ਦੀ ਬਾਦਸ਼ਾਹੀ ਹੈ। ਉਹ ਆਨੰਦ ਕਿਤੇ ਮਿਲਣਾ, ਜੂਰੀਆ ਸਿੰਘ ਸੱਜੂ ਸਿੰਘ ਉਹ ਕਹਿੰਦੇ 50 ਸਾਲ ਮਹਾਰਾਜ ਦੇ ਨਾਲ ਉਹਨਾਂ ਨੇ ਸਮਾਂ 50 ਸਾਲ ਤੋਂ ਜ਼ਿਆਦਾ ਸਮਾਂ ਲਾਇਆ, ਕਦੇ ਲਾਲਚ ਨਹੀਂ ਰੱਖਿਆ, ਕੀਰਤਨ ਦਾ ਪੈਸਾ ਨਹੀਂ ਲਿਆ, ਕਦੇ ਇਹ ਨਹੀਂ ਕਿਹਾ ਮਹਾਰਾਜ ਆ ਦੇਖ ਬਣਾਈ ਆ ਮੈਂ ਜਾਂ ਤੁਹਾਡੇ ਨਾਲ ਮੈਂ ਬਾਹਰ ਕੀਰਤਨ ਦੇ ਗਿਆ, ਮੈਨੂੰ ਕੋਈ 2 ਪੈਸੇ ਦੇ ਦਿਓ, ਨਾ ਕੋਈ ਲਾਲਚ ਨਹੀਂ। ਜਿਹੜੇ ਕਹਿੰਦੇ ਨਾ ਸਵਰਗ ਨਰਕ ਹੈ ਹੀ ਨਹੀਂ, ਉਹ ਸੱਚਖੰਡ ਜਾ ਕੇ ਵੀ ਫੋਨ ਕਰ ਦਿੰਦੇ ਗੱਜ ਕੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਮੈਂ ਝੂਠ ਨਹੀਂ ਬੋਲਦਾ, ਤੁਹਾਡੇ ਮੈਂ ਵਿਸ਼ਵਾਸ ਕਰਕੇ ਤੁਹਾਨੂੰ ਗੱਲਾਂ ਸੁਣਾਉਣ ਲੱਗਿਆ, ਦੁਨੀਆਂ ਹਾਲਦੀਆਂ ਨੇ ਗੱਲਾਂ, ਇਹ ਗੱਲਾਂ ਹੁੰਦੀਆਂ ਨੇ ਮਹਾਂਪੁਰਖਾਂ ਨਾਲ। ਜਿਹੜੇ ਨਾਮ ਜਪਦੇ ਉਹਨਾਂ ਨਾਲ ਰੋਜ਼ ਹੀ ਗੌਤਕ ਹੁੰਦੇ, ਜਿਹੜੇ ਨਾਮ ਜਪਦੇ ਨਾ ਉਹਨਾਂ ਨਾਲ ਰੋਜ਼ ਗੌਤਕ ਹੁੰਦੇ। ਨਾਮ ਜਪ ਕੇ ਰੱਬ ਨੇੜੇ ਆ ਜਾਂਦਾ, ਸਰੀਰ ਦੇ ਅੰਦਰ ਹੀ ਬੈਠਾ, ਕਾਹੇ ਰੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਸਰੀਰ ਦੇ ਅੰਦਰ ਰੱਬ ਹੈ, ਨਾਮ ਜਪ ਕੇ ਪ੍ਰਗਟ ਹੋਣਾ। ਇਹਨਾਂ ਨੇ ਮਹਾਂਪੁਰਖਾਂ ਦੇ ਨਾਲ ਸਮਾਂ ਲਾਇਆ, ਮਹਾਂਪੁਰਖਾਂ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ। ਉਹ ਸੱਚਖੰਡ ਜਾ ਕੇ ਵੀ ਫੋਨ ਕਰਦੇ ਸੁਪਨੇ ਦੇ ਵਿੱਚ, ਕਹਿੰਦੇ ਮੈਂ ਸੱਚਖੰਡ ਪਹੁੰਚ ਗਿਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੱਚੀ ਗੱਲ ਹੈ ਸਾਧ ਸੰਗਤ। ਕਬੀਰ ਸਾਹਿਬ ਗੁਰਬਾਣੀ ਵਿੱਚ ਕਹਿੰਦੇ ਜੇ ਨਾਮ ਨਾ ਜਪਿਆ ਫਿਰ ਜਮ ਕਾ ਠੇਂਗਾ ਬੁਰਾ ਹੈ, ਇਹ ਬਹੁਤ ਭੈੜਾ, ਬੜੀ ਮਾਰ ਭੈੜੀ ਹੈ ਜਗਦੂਤਾਂ ਦੀ। ਕਬੀਰ ਸਾਹਿਬ ਕਹਿੰਦੇ ਮੈਨੂੰ ਤਾਂ ਮੇਰੇ ਗੁਰੂ ਨੇ ਬਚਾ ਲਿਆ, ਏਕ ਜੋ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਚਲ ਆਏ। ਕਬੀਰ ਸਾਹਿਬ ਕਹਿੰਦੇ ਗੁਰਬਾਣੀ ਦੇ ਵਿੱਚ ਮਾਰ ਜਮਾਂ ਦੀ ਚੱਲੀ ਨਹੀਂ ਸੀ ਜਾਣੀ, ਬਚਾ ਲਿਆ ਮੈਨੂੰ ਸਾਧੂਆਂ। Thank you.
ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹਿ ਮਿਲੇ ਬਿਨ ਲੀਆ ਅੰਚਲ ਲਾਏ ਜਉ ਜਮ ਆਏ ਕੇਸ ਕਹਿ ਪਟਕੇ ਤਾਂ ਕਿਸ਼ਨਾ ਵਸਾਏਗਾ ਸਿਮਰਨ ਭਜਨ ਦਿਆ ਨਹੀਂ ਕੀਨੀ ਤੋਂ ਮੁਖ ਝੋਟਾ ਖਾਏਗਾ ਸਿਮਰਨ ਨਾ ਕੀਤਾ ਭਜਨ ਨਾ ਕੀਤਾ ਮਨ ਵਿੱਚ ਦਇਆ ਨਾ ਧਾਰੀ ਜੇ ਮਨ ਵਿੱਚ ਬੰਦੇ ਦੇ ਦਇਆ ਨਹੀਂ ਹੈ ਫਿਰ ਵੀ ਰੱਬ ਨਹੀਂ ਮਿਲਦਾ ਦਇਆ ਤੋਂ ਬਿਨਾਂ ਧਰਮ ਨਹੀਂ ਉੱਪਜ ਸਕਦਾ ਧਰਮ ਜਿਹੜਾ ਦਇਆ ਦਾ ਪੁੱਤਰ ਹੈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਗਿਆ ਜਨ ਸੂਤ ਜਦੋਂ ਗੁਰੂ ਨਾਲ ਜੁੜੀਏ ਇਹ ਗੁਣ ਆਪਣੇ ਆਪ ਆ ਜਾਂਦੇ ਕਿਰਪਾ ਹੋ ਜਾਂਦੀ ਮਾਲਕ ਦੀ ਗੁਰੂ ਇੱਕੋ ਹੀ ਹੁੰਦਾ ਗੁਰੂ ਦੋ ਕਦੇ ਨਹੀਂ ਹੋਏ ਅੱਠਵੇਂ ਪਾਤਸ਼ਾਹ ਨੇ ਕਿਹਾ ਗੁਰੂ ਬਾਬੇ ਬਕਾਲੇ ਬਾਈ ਮੰਜੀਆਂ ਲੱਗ ਗਈਆਂ ਮੱਖਣ ਸ਼ਾਹ ਸਮੁੰਦਰ ਵਿੱਚ ਬੇੜਾ ਡੁੱਬਣ ਲੱਗ ਪਿਆ ਬੜੇ ਗੁੱਗੇ ਭੈਰੋ ਪੀਰਾਂ ਨੂੰ ਮਨਾਇਆ ਬੜੇ ਪੀਰਾਂ ਦੀਆਂ ਅਰਦਾਸਾਂ ਕੀਤੀਆਂ ਹੁਣ ਜਦੋਂ ਬੇੜਾ ਡੁੱਬਣ ਹੀ ਲੱਗਿਆ ਕਿਸੇ ਨੇ ਕਿਹਾ ਕਹਿੰਦੇ ਗੁਰੂ ਨਾਨਕ ਦੀ ਗੱਦੀ ਦੀ ਅਰਦਾਸ ਕਰ ਜੋ ਵੀ ਉੱਥੇ ਹਾਜ਼ਰ ਨਾਜ਼ਰ ਗੱਦੀ ਤੇ ਗੁਰੂ ਨਾਨਕ ਦੀ ਗੱਦੀ ਦੀ ਅਰਦਾਸ ਕਰ ਤੇਰਾ ਬਚਾਅ ਹੋਣਾ ਛੱਡ ਦੇ ਆਸੇ ਪਾਸੇ ਦਾ ਖੇੜਾ ਹੁਣ ਜਦੋਂ ਜਹਾਜ਼ ਡੁੱਬਣ ਹੀ ਲੱਗਿਆ ਦੋਵੇਂ ਹੱਥ ਜੁੜ ਗਏ ਮੱਖਣ ਸ਼ਾਹ ਦੇ ਬੇਨਤੀ ਕਰਦਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਕਿਆ ਦਿਸ ਭਾਵੈ ਤਾਂ ਹੁਕਮ ਮਨਾਵੈ ਇਸ ਬੇੜੇ ਤੋਂ ਮੱਖਣ ਸ਼ਾਹ ਕਹਿੰਦਾ ਮਹਾਰਾਜ ਉਹ ਮੇਰਾ ਡੁੱਬਦਾ ਬੇੜਾ ਪਾਰ ਜਾਂ ਕਿਸੇ ਭਾਵੇ ਤਾਂ ਹੁਕਮ ਨਾ ਵੇ ਇਸ ਬੇੜੀ ਤੋਂ ਪਾਰ ਲਗਾ
ਦੋਵੇਂ ਹੱਥ ਜੋੜ ਕੇ ਮੱਖਣ ਸ਼ਾਹ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਤੇ ਜੋ ਵੀ ਹਾਜ਼ਰ ਨਾਜ਼ਰ ਸਤਿਗੁਰੂ ਮਹਾਰਾਜ, ਕਿਰਪਾ ਕਰੋ ਮੇਰਾ ਡੁੱਬਦਾ ਬੇੜਾ ਪਾਰ ਕਰੋ। ਜੇ ਮੇਰਾ ਬੇੜਾ ਪਾਰ ਹੋ ਗਿਆ, 500 ਸੋਨੇ ਦੀ ਮੋਹਰ ਮੈਂ ਚਰਨਾਂ ਵਿੱਚ ਭੇਟਾ ਕਰਾਂਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਤੇਗ ਬਹਾਦਰ ਸਿਮਰੇ ਆ ਘਰ ਨੌਣ ਦਿਆ ਵੈ ਢਾਏ, ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸੱਚੇ ਪਾਤਸ਼ਾਹ ਭੋਰੇ ਦੇ ਵਿੱਚ ਬੈਠੇ 26 ਸਾਲ 9 ਮਹੀਨੇ 13 ਦਿਨ ਮਹਾਰਾਜ ਨੇ ਤਪ ਕੀਤਾ, ਮੋਢਾ ਲਾ ਕੇ ਬੇੜਾ ਪਾਰ ਕਰ ਦਿੱਤਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੋਢਾ ਲਾ ਕੇ ਬੇੜਾ ਪਾਰ ਕੀਤਾ, ਬੇੜਾ ਪਾਰ ਹੋ ਗਿਆ। ਮੱਖਣ ਸ਼ਾਹ ਬਹੁਤ ਖੁਸ਼ ਹੈ, 500 ਸੋਨੇ ਦੀ ਮੋਹਰ ਲੈ ਕੇ ਪੁੱਛਦਾ ਸਿੱਖ ਸੰਗਤਾਂ ਨੂੰ। ਸੰਗਤਾਂ ਕਹਿਣ ਲੱਗੀਆਂ, 8ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਜਾਂਦੇ ਕਹਿ ਗਏ ਗੁਰੂ ਬਾਬੇ ਬਕਾਲੇ। ਹੁਣ ਬਕਾਲੇ ਨਗਰ ਵਿੱਚ ਜਾ ਕੇ ਜਦੋਂ ਬਾਬਾ ਬਕਾਲਾ ਸਾਹਿਬ ਮੱਖਣ ਸ਼ਾਹ ਪਹੁੰਚਿਆ, ਕੀ ਵੇਖਦਾ ਕਿ 22 ਮੰਜੀਆਂ ਲੱਗੀਆਂ। ਅੱਜ ਵੀ ਗੁਰੂ ਬੈਠੇ ਝੂਠੇ, ਗੁਰੂ ਅੱਜ ਵੀ ਬਣੇ ਬੈਠੇ ਝੂਠੇ। ਜ਼ਿਆਦਾ ਦੇਰ ਨਹੀਂ ਚੱਲਦਾ, ਥੋੜ੍ਹੀ ਦੇਰ ਹੀ ਚੱਲਦਾ। ਜਦੋਂ ਸੱਚ ਦਾ ਸੂਰਜ ਚੜ੍ਹਦਾ, ਫਿਰ ਦੀਵੇ ਦੀ ਕੋਈ ਗੱਲ ਨਹੀਂ ਰਹਿ ਜਾਂਦੀ। ਸਾਧ ਸੰਗਤ, ਜਦੋਂ ਮਹਾਰਾਜ ਨੇ ਆਉਣਾ ਨਾ 24ਵਾਂ ਅਵਤਾਰ, ਨੇਕ ਲੱਖ ਹੋਏ ਤੁਸੀਂ ਮਹਾਬਲੀ ਅਵਤਾਰ, ਜੁਗ ਜੁਗ ਰੱਛਿਆ ਭਗਤਾਂ ਕਰੇ ਦੁਸ਼ਟਾਂ ਕਰੇ ਸੰਘਾਰ, ਨਵਾਂ ਧਰਮ ਚਲਾਏ ਸੀ ਜਗ ਹੋਮ ਹੋਵੇ ਵਾਰ, ਨਾਨਕ ਕਲਜ ਅਵਤਾਰ ਸੀ ਕਲ ਕੀਰਤਨ ਨਾਮ ਅਵਤਾਰ। 24ਵਾਂ ਅਵਤਾਰ ਵਿਸ਼ਨੂੰ ਭਗਵਾਨ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਆਉਣਾ, ਸੱਚੇ ਪਾਤਸ਼ਾਹ ਨੇ। ਜਿਹੜੇ ਝੂਠੇ ਗੁਰੂ ਸਾਹ ਸੰਗਤ, ਉਹਨਾਂ ਨੂੰ ਗੱਲ ਨਹੀਂ ਹੋਣੀ। ਸੱਚਾ ਗੁਰੂ ਇੱਕੋ ਹੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੰਤਾਂ ਦਾ ਤਾਂ ਚੌਂਕੀਦਾਰ ਹੁੰਦਾ ਸਾਹ ਸੰਗਤ, ਚੌਂਕੀਦਾਰਾ ਕਰੀ ਚੱਲੋ, ਘਾਟ ਨਹੀਂ ਕੋਈ ਆਉਂਦੀ। ਸਾਡੇ ਪਿਤਾ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਦੋ ਗੱਲਾਂ ਕਦੇ ਨਹੀਂ ਕਰਨੀਆਂ ਚਾਹੀਦੀਆਂ, ਇੱਕ ਤਾਂ ਰੱਬ ਨਹੀਂ ਬਣਨਾ ਚਾਹੀਦਾ, ਦੂਜਾ ਗੁਰੂ ਨਹੀਂ ਬਣਨਾ ਚਾਹੀਦਾ। ਹੁਣ ਅੱਗੇ ਅੱਗੇ ਦੇਖਿਓ, ਅਜੇ ਤਾਂ ਆਪਾਂ ਕੁਛ ਨਹੀਂ ਦੇਖਿਆ। ਘਰ ਬਹੇਂਗੇ ਰਾਮਾ, ਘਰ ਘਰ ਕਹਿੰਦੇ ਰੱਬ ਬਣ ਕੇ ਬੈਠਣਗੇ, ਚਾਰ ਚਾਰ ਧਰਮ ਚੱਲਣਗੇ ਘਰ ਦੇ ਵਿੱਚ। ਅਜੇ ਤਾਂ ਆਪਾਂ ਸਤਸੰਗ ਕਰ ਰਹੇ ਹਾਂ, ਅੱਗੇ ਅੱਗੇ ਸਤਸੰਗ ਕਰਨ ਨੂੰ ਲੱਭਣਾ ਨਹੀਂ ਕੋਈ। ਕੋਈ ਹਿੰਦੂ ਬਣ ਗਿਆ, ਕੋਈ ਸਿੱਖ ਬਣ ਗਿਆ, ਕੋਈ ਪਾਰਸੀ ਬਣ ਗਿਆ, ਕੋਈ ਬੋਧੀ ਬਣ ਗਿਆ, ਵੱਖੋ ਵੱਖਰੇ ਧਰਮ। ਜੇ ਘਰ ਦੇ ਚਾਰ ਜੀ, ਚਾਰਾਂ ਦੇ ਵੱਖੋ ਵੱਖਰੇ ਧਰਮ, ਇਹ ਲਿਖਿਆ ਹੋਇਆ ਭਵਿੱਖ ਪੁਰਾਣ ਦੇ ਵਿੱਚ। ਰੱਬ ਨੂੰ ਕੋਈ ਨਹੀਂ ਮੰਨੇਗਾ, ਭਗਤੀ ਕੋਈ ਨਹੀਂ ਕਰੇਗਾ, ਦਿਖਾਵਾ ਹੋ ਜਾਣਾ। ਭਗਤੀ ਜਿਹੜੇ ਕਰਦੇ, ਚਿਹਰੇ ਤੋਂ ਪਤਾ ਲੱਗ ਜਾਂਦਾ। ਜਦੋਂ ਇਨਸਾਨ ਭਗਤੀ ਕਰਦਾ ਨਾ, ਉਹ ਜਲਾਲ ਹੀ ਵੱਖਰਾ ਹੁੰਦਾ, ਕਿਹੜਾ ਦੱਸ ਦਿੰਦਾ ਵੀ ਭਗਤੀ ਹੈ। ਤੁਸੀਂ ਖੂਹ ਦੇ ਅੰਦਰ ਵੜ ਕੇ ਭਗਤੀ ਕਰ ਲਓ ਤਾਂ ਹਰ ਕਾ ਭਗਤ ਪ੍ਰਗਟ ਨਹੀਂ ਛਪਾ। ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਵੀ ਜਿੱਥੇ ਮਰਜ਼ੀ ਲੋਕੇ ਭਗਤੀ ਕਰ ਲਓ,
ਉਹਦੀ ਖੁਸ਼ਬੂ ਸਾਰੇ ਪਾਸੇ ਫੈਲ ਜਾਣੀ ਹੈ। ਭਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤੀ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ, ਆਪਾਂ ਭਗਤੀ ਕਰਨ ਆਏ ਹਾਂ। ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤਰਕਤ ਨਾ ਕਾਮ ਮਿਲ ਸਾਧ ਸੰਗਤ ਭਜ ਕੇ। ਜਿਹੜਾ ਆਪਾਂ ਇਹ ਸਾਧ ਸੰਗਤ ਕਰ ਰਹੇ ਹਾਂ ਇਹਦਾ ਹੀ ਫਾਇਦਾ, ਸਾਧ ਸੰਗਤ ਜਦੋਂ ਸਾਧ ਸੰਗਤ ਕਰੀਏ ਬੜੇ ਆਨੰਦ ਵਿੱਚ, ਘੜੀਆਂ ਨਹੀਂ ਵੇਖਣੀਆਂ ਚਾਹੀਦੀਆਂ, ਧਿਆਨ ਜੋੜ ਕੇ ਬੈਠੋ। ਸਤਿਗੁਰਾਂ ਦੀ ਜਿਹੜੀ ਕਥਾ ਇਹ ਸਰਵਣ ਦਰਸ਼ਨ ਨੇ, ਸਤਸੰਗ ਦੇ ਵਿੱਚ ਮਹਾਰਾਜ ਗੁਰਬਾਣੀ ਵਿੱਚ ਲਿਖਦੇ ਵੀ ਜਿੱਥੇ ਸਤਸੰਗ ਹੁੰਦਾ ਹੋਵੇ, ਮੇਰੀ ਸੇਵਕ ਹੁੰਦੀ ਹੋਵੇ, ਮੈਂ ਉੱਥੇ ਹਾਜ਼ਰ ਹੁੰਦਾ। ਕਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਸੰਗ ਵਿੱਚ ਮਹਾਰਾਜ ਹਾਜ਼ਰ ਹੁੰਦੇ ਨੇ, ਧਿਆਨ ਜੋੜ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ। ਸਾਵਧਾਨ ਹੋ ਹੁਣ ਮੱਖਣ ਸ਼ਾਹ ਬਕਾਲੇ ਨਗਰ ਵਿੱਚ ਪਹੁੰਚ ਗਿਆ, 22 ਮੰਜੀਆਂ ਲੱਗੀਆਂ ਹੋਈਆਂ। ਮੱਖਣ ਸ਼ਾਹ ਸੋਚਦਾ ਵੀ ਗੁਰੂ ਤਾਂ ਇੱਕੋ ਹੀ ਹੁੰਦਾ, ਇਹ 22 ਮੰਜੀਆਂ ਲਾਗੇ ਬੈਠੇ ਨੇ, ਇਹ ਤੇ ਗੁਰੂ ਦੀ ਪਰਖ ਨਾ ਕਰੀਏ। ਵੈਸੇ ਗੁਰੂ ਦੀ ਪਰਖ ਨਹੀਂ ਕਰਨੀ ਚਾਹੀਦੀ, ਗੁਰੂ ਤਾਂ ਭਰੋਸਾ ਵਿਸ਼ਵਾਸ, ਪਰ ਹੁਣ ਕੀ ਕਰੇ 22 ਮੰਜੀਆਂ ਲਾ ਕੇ ਬੈਠੇ ਨੇ, ਅਸਲੀ ਦਾ ਕਿੱਦਾਂ ਪਤਾ ਲੱਗੇ। ਪੰਜ ਪੰਜ ਮੋਹਰਾਂ ਧਰ ਕੇ ਮੱਥਾ ਟੇਕਿਆ ਮੱਖਣ ਸ਼ਾਹ, ਪੰਜ ਪੰਜ ਮੋਹਰਾਂ ਬਦਲੇ ਬੜੇ ਬੜੇ ਵਰ ਦਿੰਦੇ, ਮੱਖਣ ਸ਼ਾਹ ਤੇਰਾ ਬੇੜਾ ਪਾਰ, ਤੈਨੂੰ ਘਾਟ ਨਹੀਂ ਕੋਈ ਆਉਣੀ, ਦੱਸ ਕੀ ਚਾਹੀਦਾ। ਪੰਜ ਪੰਜ ਮੋਹਰਾਂ ਪਿੱਛੇ ਆਸ਼ੀਰਵਾਦ ਤਾਂ ਬੜੇ ਦਿੱਤੇ, ਮਨ ਦਾ ਸੰਸਾ ਨੀ ਕਿਸੇ ਨੇ ਪੁੱਛਿਆ। ਜੋ ਮਨ ਦੇ ਵਿੱਚ ਸੰਸਾ ਸੀ ਨਾ, ਵੀ ਆਪਣੀ ਇਮਾਨਤ ਮੰਗ ਕੇ ਲਵੇ, ਜਿਹੜਾ ਪੂਰਾ ਸਤਿਗੁਰੂ ਹੋਵੇਗਾ। ਭਾਈ ਗੁਰੂਆਂ ਨੂੰ ਪੰਜ ਪੰਜ ਮੋਹਰਾਂ ਧਰ ਕੇ ਮੱਥਾ ਟੇਕਿਆ, ਮਨ ਦਾ ਸੰਸਾ ਕਿਸੇ ਨੇ ਨਹੀਂ ਪੁੱਜਿਆ, ਨਿਰਾਸ਼ ਹੋ ਗਿਆ, ਉਦਾਸ ਹੋ ਗਿਆ। ਹੁਣ ਉੱਧਰ ਗੁਰੂ ਤੇਗ ਬਹਾਦਰ ਮਹਾਰਾਜ ਭੋਰੇ ਚ ਬੈਠੇ ਨੇ, ਸੋਚਦੇ ਵੀ ਜੇ ਸਿੱਖ ਦਾ ਗੁਰੂ ਤੇ ਵਿਸ਼ਵਾਸ ਨਾ ਹੋਵੇ ਸਿੱਖ ਨਰਕਾਂ ਨੂੰ ਚਲੇ ਜਾਂਦਾ, ਜੇ ਅੱਜ ਇਹਦਾ ਸੰਸਾ ਨਾ ਚੱਕਿਆ ਗੁਰੂ ਤੇ ਸ਼ੰਕਾ ਕਰੇਗਾ, ਇਹਦਾ ਨੁਕਸਾਨ ਹੋ ਜਾਣਾ। ਗੁਰੂ ਤੇ ਕਦੇ ਸ਼ੰਕਾ ਨਹੀਂ ਕਰਨਾ ਚਾਹੀਦਾ, ਜਿਹੜਾ ਸਿੱਖ ਗੁਰੂ ਤੇ ਸ਼ੰਕਾ ਕਰਦਾ 6 ਕਲਾਂ ਬਰਾਗ ਦੀਆਂ ਨਸ਼ਟ ਹੋ ਜਾਂਦੀਆਂ ਇੱਕਦਮ। ਭਗਤੀ ਦਾ ਪਹਿਲਾਂ ਕਲਯੁਗ ਵਿੱਚ ਹੁੰਦੀ ਨਹੀਂ, ਬਹੁਤ ਔਖੀ ਹੈ, ਕਲਾ ਤਾਂ ਪਹਿਲਾਂ ਪ੍ਰਗਟ ਹੀ ਨਹੀਂ ਹੁੰਦੀ, ਤੇ ਜੇ ਸ਼ੰਕਾ ਕਰ ਲਿਆ 6 ਕਲਾਂ ਬਰਾਗ ਦੀਆਂ ਉਦਾਂ ਹੀ ਨਸ਼ਟ ਹੋ ਗਈਆਂ। ਆ ਸੰਗਤ ਭਗਤੀ ਕੀਤੀ ਕੋਈ ਨੀ, ਕਲਾ ਆਈ ਕੋਈ ਨੀ, ਸ਼ੰਕਾ ਗੁਰੂ ਗ੍ਰੰਥ ਸਾਹਿਬ ਤੇ ਕਰ ਲਿਆ ਤਾਂ ਸਭ ਕੁਛ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਸੋਚਦੇ ਵੀ ਜੇ ਹੁਣ ਇਹਦਾ ਸ਼ੰਕਾ ਨਿਵਰਤ ਕੀਤਾ ਫਿਰ ਇਹ ਪ੍ਰਗਟ ਕਰੇਗਾ, ਪ੍ਰਗਟ ਹੋਣ ਚ ਦੁੱਖ ਹੈ, ਕਿਉਂ ਜਿਹੜਾ ਭਗਤੀ ਦਾ ਆਨੰਦ ਹੈ ਨਾ ਉਹ ਕੁਛ ਵੱਖਰਾ ਹੀ ਹੁੰਦਾ। ਜਿਹੜਾ ਸੰਸਾਰੀ ਬੰਦਾ ਹੁੰਦਾ ਉਹ ਕਹਿੰਦਾ ਵੀ 3-4 ਬੰਦੇ ਮੇਰੇ ਕੋਲ ਬੈਠਣ ਮੇਰਾ ਦਿਲ ਨਹੀਂ ਲੱਗਦਾ, ਜਿਹੜਾ ਸੰਸਾਰੀ ਬੰਦਾ ਹੋਏਗਾ ਵੀ ਮੇਰੇ ਨਾਲ ਗੱਲਾਂ ਕਰੋ ਮੇਰਾ ਦਿਲ ਨਹੀਂ ਲੱਗਦਾ। ਜਿਹੜਾ ਮਹਾਤਮਾ ਸੰਤ ਮਹਾਤਮਾ ਉਹ ਕਹਿੰਦਾ ਤੁਸੀਂ ਮੈਨੂੰ ਇਕੱਲੇ ਕਿਉਂ ਨਹੀਂ ਛੱਡਦੇ,
ਮੈਨੂੰ ਇਕਾਂਤ ਚਾਹੀਦਾ, ਮੈਂ ਭਗਤੀ ਕਰਾਂ। ਕਿਉਂ ਜਦੋਂ ਤ੍ਰਿਕੁਟੀ ਦੇ ਵਿੱਚ ਜੋਤ ਦੇ ਦਰਸ਼ਨ ਹੁੰਦੇ ਨਾ, ਉਹ ਪ੍ਰਕਾਸ਼ ਦੇਖਦਾ, ਫਿਰ ਅੱਖਾਂ ਬੰਦ ਕਰਕੇ ਉਹੀ ਪ੍ਰਕਾਸ਼ ਦੇਖਣ ਨੂੰ ਦਿਲ ਕਰਦਾ। ਉਹ ਅਵਸਥਾ ਦੇ ਵਿੱਚ ਉਹ ਸਾਧ ਸੰਗਤ ਭਜਨ ਇਕੱਲੇ ਦਾ ਹੁੰਦਾ, ਨਾਮ ਜਪਣਾ ਇਕੱਲੇ ਦਾ ਹੁੰਦਾ, ਇਕੱਠੇ ਬਹਿ ਕੇ ਨਾਮ ਜਪਣਾ ਨਹੀਂ ਹੁੰਦਾ, ਇਕੱਠੇ ਬਹਿ ਕੇ ਸਤਸੰਗ ਕਰਨਾ ਚਾਹੀਦਾ, ਪਰਮੇਸ਼ਵਰ ਦੇ ਗੁਣ ਗਾਣੇ ਚਾਹੀਦੇ ਨੇ, ਨਾਮ ਇਕੱਲੇ ਦਾ। ਭੋਜਨ ਭਜਨ ਖਜ਼ਾਨਾ ਨਾਰੀ ਚਾਰੋ ਪਰਦੇ ਦੇ ਅਧਿਕਾਰੀ, ਰੋਟੀ ਵੀ ਕਿਸੇ ਸਾਹਮਣੇ ਬਹਿ ਕੇ ਨੀ ਖਾਣੀ ਚਾਹੀਦੀ। ਜਿਹੜੇ ਪੁਰਾਣੇ ਸੰਤ ਹੁੰਦੇ ਸੀ, ਉਹ ਪ੍ਰਸ਼ਾਦਾ ਜਦੋਂ ਆਉਂਦਾ ਸੀ ਉਹ ਕੰਧ ਵਾਲੇ ਪਾਸੇ ਮੂੰਹ ਕਰਕੇ ਬਹਿ ਜਾਂਦੇ ਸੀ, ਇਹਦੇ ਸਾਹਮਣੇ ਰੋਟੀ ਨਹੀਂ ਸੀ ਖਾਂਦੇ। ਸੰਤ ਬਾਬਾ ਸੀਤਲ ਦਾਸ ਜੀ ਬਾਬਾ ਸ਼੍ਰੀ ਚੰਦ ਮਹਾਰਾਜ ਨੂੰ ਮੰਨਦੇ ਸੀ। ਕਾਦਰਾਬਾਦ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਾਬਾ ਸੀਤਲ ਦਾਸ ਜੀ ਬਹੁਤ ਭਜਨੀਕ ਹੋਏ ਨੇ, ਸੇਵਾਦਾਰ ਦੱਸਦੇ। ਕਹਿੰਦੇ ਜਦੋਂ ਉਹਨਾਂ ਨੂੰ ਪ੍ਰਸ਼ਾਦਾ ਦਿੰਦੇ ਸੀ ਨਾ, ਉਦੋਂ ਕੰਧ ਵਾਲੇ ਪਾਸੇ ਮੂੰਹ ਕਰ ਲੈਂਦੇ, ਸੰਗਤਾਂ ਵਾਲੇ ਪਾਸੇ ਪਿੱਠ ਕਰ ਲੈਂਦੇ ਸੀ, ਇਹਦੇ ਸਾਹਮਣੇ ਪ੍ਰਸ਼ਾਦਾ ਨਹੀਂ ਛਕਦੇ। ਜਿਹੜੇ ਸੰਤ ਮਹਾਤਮਾ ਭਜਨ ਬੰਦਗੀ ਵਾਲੇ, ਉਹ ਕਿਸੇ ਦੇ ਸਾਹਮਣੇ ਪ੍ਰਸ਼ਾਦਾ ਨਹੀਂ ਛਕਦੇ। ਜਿਹੜਾ ਭਜਨ ਹੈ ਉਹ ਵੀ ਪਰਦੇ ਦਾ, ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਭਜਨ ਕਰਦਾ, ਇਹ ਨਹੀਂ ਵੀ ਗੱਲਾਂ ਵੀ ਮਾਰੀ ਗਈ, ਸਾਹਮਣੇ ਮਾੜਾ ਵੀ ਫੇਰੀ ਗਏ। ਅਗਲੇ ਦੇ ਕਈਆਂ ਦੀ ਆਦਤ ਹੁੰਦੀ ਹੈ, ਉਹ ਮਾੜਾ ਵੀ ਫੇਰੀ ਜਾਂਦੇ, ਗੱਲਾਂ ਵੀ ਕਰੀ ਜਾਂਦੇ, ਕਈ ਧੂ ਬੱਤੀ ਲਾਉਂਦੇ ਗਾਲਾਂ ਵੀ ਕੱਢੀ ਜਾਂਦੇ, ਧੂ ਬੱਤੀ ਵੀ ਕਰੀ ਜਾਂਦੇ ਗਾਲਾਂ ਵੀ ਕੱਢ ਜਾਣਗੇ ਨੌਕਰ। ਮਹਾਰਾਜ ਕਹਿੰਦੇ ਜਿਹੜਾ ਭਜਨ ਹੈ ਉਹ ਵੀ ਪਰਦੇ ਦਾ, ਨਾਮ ਕਿਸੇ ਦੇ ਸਾਹਮਣੇ ਨਹੀਂ ਜਪਣਾ ਚਾਹੀਦਾ। ਜੇ ਤੁਸੀਂ ਕਿਸੇ ਨੂੰ ਕਹਿਣਾ ਵੀ ਮੈਂ 12 ਤੋਂ 3 ਨਾਮ ਜਪਦਾ, ਮੈਂ ਦੂਜੇ ਦਿਨ ਫਿਰ ਸਮਾਧੀ ਨਾ ਲੱਗ। ਸਾਧ ਸੰਗਤ ਗੁਰੂ ਮਹਾਰਾਜ ਕਹਿੰਦੇ ਹੁਣ ਇਹਦਾ ਸ਼ੰਕਾ ਦੂਰ ਕਰਨੀ ਪੈਣੀ, ਨਹੀਂ ਤਾਂ ਇਹਦਾ ਭਲਾ ਨਹੀਂ ਹੋਣਾ। ਉੱਧਰ ਭਾਈ ਮੱਖਣ ਸ਼ਾਹ ਉਹ ਸੋਚਦਾ, 22 ਗੁਰੂਆਂ ਨੂੰ ਮੱਥਾ ਟੇਕ ਲਿਆ, ਸੰਸਾ ਕਿਸੇ ਨੇ ਨੀ ਪੁੱਜਿਆ, ਕੀ ਕਰਾਂ। ਅਖੀਰ ਨੂੰ ਅਰਦਾਸ ਕਰਦਾ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਮਹਾਰਾਜ ਮੈਨੂੰ ਦਰਸ਼ਨ ਦਿਓ, ਮਿਹਰ ਕਰੋ। ਮਾਤਾ ਗੁਜਰ ਕੌਰ ਜੀ 26 ਸਾਲ 9 ਮਹੀਨੇ 13 ਦਿਨ ਮਾਤਾ ਜੀ ਨੇ ਵੀ ਨਾਲ ਹੀ ਤਪ ਕੀਤਾ। ਪ੍ਰਸ਼ਾਦਾ ਲੈ ਕੇ ਆਉਂਦੇ ਸੀ, ਮਹਾਰਾਜ ਦੀ ਸਮਾਧੀ ਲੱਗੀ ਹੁੰਦੀ ਸੀ, ਠੰਡਾ ਹੋ ਜਾਣਾ, ਫਿਰ ਗਰਮ ਕਰਕੇ ਲੈ ਕੇ ਆਉਣਾ, ਬੜੀ ਸੇਵਾ ਕੀਤੀ। ਮਾਤਾ ਜੀ ਨੂੰ ਭੇਜਿਆ, ਜਾਓ ਉਹਨੂੰ ਬੁਲਾ ਕੇ ਲਿਆਓ, ਸੇਵਾਦਾਰ ਬਾਹਰ ਬੈਠਾ। ਮਾਤਾ ਜੀ ਆ ਗਏ, ਮੱਖਣ ਸ਼ਾਹ ਕਹਿਣ ਲੱਗਿਆ, ਮਾਤਾ ਜੀ 22 ਗੁਰੂਆਂ ਨੂੰ ਮੱਥਾ ਟੇਕ ਲਿਆ, ਹੋਰ ਵੀ ਗੁਰੂ ਕੀ ਅੰਸ ਵੰਸ਼ ਦੇ ਵਿੱਚ ਕੋਈ ਹੈ? ਮਾਤਾ ਜੀ ਕਹਿੰਦੇ ਹੈ ਆ ਜਾਓ ਤੁਹਾਨੂੰ ਅੰਦਰ ਬੁਲਾਇਆ। ਭਾਈ ਮੱਖਣ ਸ਼ਾਹ ਘੋੜੇ ਦੇ ਵਿੱਚ ਚੱਲਿਆ ਗਿਆ, ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਮਹਾਰਾਜ ਚੌਂਕੜਾ ਲਾ ਕੇ ਬੈਠੇ ਨੇ, ਸਰੀਰ ਤੇ ਇੱਕ ਚਾਦਰ ਲਈ ਹੋਈ ਹੈ। ਜਦੋਂ ਦਰਸ਼ਨ ਕੀਤੇ ਮੱਖਣ ਸ਼ਾਹ ਨੇ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਕੀ ਨਾ ਮਤ।
ਦਰਸ਼ਨ ਡਿੱਠੇ ਲੈਣ ਬਜੋਗਾ ਜੀ। ਗੁਰੂ ਦੇ ਦਰਸ਼ਨ ਕਰਕੇ ਖੇੜਾ ਆ ਗਿਆ, ਆਨੰਦ ਆ ਗਿਆ, ਮਨ ਨੇ ਕਹਿ ਦਿੱਤਾ ਵੀ ਇਹੀ ਸਤਿਗੁਰੂ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਨਾ, ਸਾਰੇ ਵਿਯੋਗ ਦੂਰ ਹੋ ਜਾਂਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੱਖਣ ਸ਼ਾਹ ਨੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਕੀਤੇ, ਆਨੰਦ ਪਿਆ ਮੇਰੀ ਮਾਂ ਇਹ ਸਤਿਗੁਰੂ ਨੇ ਪਾਇਆ, ਮਨ ਨੂੰ ਬੜਾ ਆਨੰਦ ਆਇਆ ਵੀ ਇਹੀ ਸਤਿਗੁਰੂ ਹੈ। ਲੈ ਜਾਣ ਬਜੋਗਾ ਜੀ ਦਰਸ਼ਨ ਕਰਕੇ ਗੁਰਾਂ ਦਾ। ਮਹਾਰਾਜ ਨੇ ਉਹਨੂੰ ਯਾਦ ਕਰਾਇਆ, ਉਹਦਾ ਸੰਸਾ ਦੂਰ ਕੀਤਾ।
ਦਾ ਆਨੰਦ ਆ ਗਿਆ। ਦੋਵੇਂ ਹੱਥ ਜੁੜ ਗਏ, ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਮਹਾਰਾਜ, ਬਾਹਰ ਸਿੱਖ ਸੰਗਤ ਆਪ ਜੀ ਨੂੰ ਲੱਭਦੀ ਫਿਰਦੀ ਹੈ, ਸੱਚੇ ਪਾਤਸ਼ਾਹ ਗੁਰੂ ਤੋਂ ਬਿਨਾ ਬਹੁਤ ਔਖਾ, ਪਾਈ ਮੰਜੀਆਂ ਲਾ ਕੇ ਗੁਰੂ ਬਣੇ ਬੈਠੇ ਮਹਾਰਾਜ, ਸੱਚੇ ਗੁਰੂ ਦੀ ਅੱਜ ਬਹੁਤ ਲੋੜ ਆ। ਜਿਵੇਂ ਮੇਰੇ ਤੇ ਕਿਰਪਾ ਕੀਤੀ ਆ, ਉਵੇਂ ਸਿੱਖ ਸੰਗਤ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਮੱਖਣ ਸ਼ਾਹ, ਤੇਰਾ ਸੰਸਾ ਦੂਰ ਕਰ ਦਿੱਤਾ, ਤੇਰੀ ਭਾਵਨਾ ਪੂਰੀ ਹੋ ਗਈ, ਹੁਣ ਸਾਨੂੰ ਪ੍ਰਗਟ ਨਾ ਕਰੀ, ਕਿਉਂ ਪ੍ਰਗਟ ਹੋਣ ਚ ਦੁੱਖ ਹੈ। ਕਹਿੰਦੇ ਅਸੀਂ ਆਨੰਦ ਵਿੱਚ ਬੈਠੇ ਹਾਂ, ਸਾਨੂੰ ਪ੍ਰਗਟ ਨਾ ਕਰੀ। ਕਹਿੰਦਾ ਨਾ ਮਹਾਰਾਜ, ਜਿਹੜੀ ਮਰਜ਼ੀ ਸਜ਼ਾ ਦੇਣੀ, ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ, ਪਰ ਸਾਧ ਸੰਗਤ ਬਾਹਰ ਸੰਗਤ ਆਪ ਜੀ ਨੂੰ ਲੱਭਦੀ ਫਿਰਦੀ ਹੈ। ਮੱਥਾ ਟੇਕ ਕੇ ਭੋਰੇ ਦੀ ਛੱਤ ਤੇ ਚੜ੍ਹ ਗਿਆ, ਸਾਧ ਸੰਗਤ ਪੱਲਾ ਫੇਰ ਕੇ ਮੱਖਣ ਸ਼ਾਹ ਕਹਿੰਦਾ ਬੋਲੀਏ ਸੰਗਤ Thank you.
ਸਚਨਤਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਉਦਾ ਮੱਖਣ ਸ਼ਾਹ ਨੇ ਪੱਲਾ ਫੇਰਿਆ ਭੁੱਲੀਏ ਸੰਗਤੇ ਗੁਰੂ ਲੱਭ ਗਿਆ ਜਿਹਨੂੰ ਲੱਭਦੇ ਫਿਰਦੇ ਸੀ ਲੱਭ ਗਿਆ ਪੱਲਾ ਫੇਰਿਆ ਮੱਖਣ ਸ਼ਾਹ ਨੇ ਹੁਣ ਸੋਚਣ ਦੀ ਗੱਲ ਇਹ ਹੈ ਸਾਧ ਸੰਗਤ ਉਦੋਂ ਮੱਖਣ ਸ਼ਾਹ ਨੂੰ ਲੱਭਣਾ ਪਿਆ ਪ੍ਰਗਟ ਕਰਨਾ ਪਿਆ ਹੁਣ ਤਾਂ ਆਪਣੇ ਸਾਹਮਣੇ ਪ੍ਰਗਟ ਹੈ ਪ੍ਰਗਟ ਗੁਰਾਂ ਕੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਕੋ ਚਾਹੇ ਕੋਜ ਸ਼ਬਦ ਮੈਂ ਮਹਾਂਪੁਰਖ ਨਾਲ ਜੁੜਨਾ ਪੈਣਾ ਚੌਂਕੀਦਾਰ ਨਾਲ ਜੁੜਨਾ ਪੈਣਾ ਕੋਲ ਕਮਾਈ ਦਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਰੱਬ ਨਾਲ ਕੋਈ ਜੋੜਨ ਵਾਲਾ ਚਾਹੀਦਾ ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਉਹਦੇ ਨਾਲ ਜੁੜ ਕੇ ਰੱਬ ਨਾਲ ਜੁੜ ਜਾਓ ਉਦੋਂ ਮੱਖਣ ਸ਼ਾਹ ਨੇ ਪ੍ਰਗਟ ਕੀਤਾ ਸੀ ਸਾਧ ਸੰਗਤ ਹੁਣ ਤਾਂ ਆਪਣੇ ਸਾਹਮਣੇ ਪ੍ਰਗਟ ਹੈ ਹੁਣ ਤਾਂ ਮੰਨਣ ਦੀ ਲੋੜ ਹੈ ਮੰਨੇ ਕੀ ਗੱਤ ਰਹੀ ਨਾ ਜਾਏ ਵਾਹ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਸਮਾਂ ਕਾਫੀ ਉਤੋਂ ਦਾ ਹੋ ਚੁੱਕਿਆ ਸਮਾਪਤੀ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਸਾਧ ਸੰਗਤ ਹਿਰਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਵਸਾਓ ਗੁਰੂ ਨਾਨਕ ਸਾਹਿਬ ਨੂੰ ਵਸਾਓ ਮੂਲ ਮੰਤਰ ਦਾ ਜਾਪ ਕਰੋ ਇਸ ਤੋਂ ਵੱਡਾ ਮੰਤਰ ਕੋਈ ਨਹੀਂ ਇਹ ਜੜ ਮੰਤਰ ਅਗਲੇ ਹਫਤੇ ਆਪ ਜੀ ਨੂੰ ਵਾਹਿਗੁਰੂ ਸ਼ਬਦ ਤੇ ਕਥਾ ਸੁਣਾਵਾਂਗੇ ਵੀ ਜੇ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਕਿੰਨਾ ਵੱਡਾ ਫਲ ਹੈ ਦੁਨੀਆਂ ਤੇ ਕੋਈ ਹੋਰ ਨਾਮ ਨੂੰ ਇੰਨੀ ਮਹਾਨਤਾ ਨਹੀਂ ਮਿਲੀ ਵੀ ਇੱਕ ਵਾਰੀ ਕਹਿਣ ਤੇ ਏਡਾ ਫਲ ਮਿਲ ਜਾਵੇ ਜੇ ਆਪਾਂ ਇੱਕ ਵਾਰੀ ਵਾਹਿਗੁਰੂ ਕਹਿ ਲਈਏ ਨਾ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਅਗਲੇ ਹਫਤੇ ਆਪ ਜੀ ਨੂੰ ਕਥਾ ਸੁਣਾਵਾਂਗੇ ਵੀ ਕਿੱਡਾ ਬੜਾ ਫਲ ਹੈ ਚਾਰ ਜੋ ਕੋਈ ਕੈਲਾਸ਼ ਪਰਬਤ ਤੇ ਤਪ ਕਰੇ ਜੇ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਉਸ ਤੋਂ ਜ਼ਿਆਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਵਾਹ ਗੁਰੂ ਨਾਲ ਜੁੜ ਗਏ ਮੂਲ ਮੰਤਰ ਨਾਲ ਜੁੜ ਗਏ ਸਤਿਗੁਰੂ ਨਾਲ ਜੁੜ ਕੇ ਫਿਰ ਆਪਣਾ ਆਉਣਾ ਸਫਲ ਹੋਣਾ ਆਪਾਂ ਆਏ ਹਾਂ ਮੁਕਤੀ ਵਾਸਤੇ ਜੇ ਆ ਕੇ ਨਾਮ ਨਾ ਜਪਿਆ ਫਿਰ ਤਾਂ ਸਾਧ ਸੰਗਤ ਆਵਣਾਏ ਸ੍ਰਿਸ਼ਟ ਮੈਂ ਬਿਨ ਬੂਝੇ ਪਾਸਟ ਹੋਰ ਕਹਿੰਦੇ ਜੇ ਨਾਮ ਹੀ ਨਾ ਜਪਿਆ ਪਰਮੇਸ਼ਰ ਨਾ ਮਿਲਿਆ ਜੇ ਆ ਕੇ ਸਤਸੰਗ ਨਾ ਕੀਤਾ ਫਿਰ ਤਾਂ ਪਸ਼ੂਆਂ ਢੋਰਾਂ ਵਾਲਾ ਜੀਵਨ ਫਿਰ ਤਾਂ ਪਸ਼ੂਆਂ ਵਾਲਾ ਕੰਮ ਹੈ ਸਾਧ ਸੰਗਤ ਸੁਆਓ ਗੁਰੂ ਨਾਲ ਜੁੜ ਕੇ ਪਰਮੇਸ਼ਰ ਨਾਲ ਜੁੜ ਕੇ ਅਨਪੜ੍ਹ ਸਾਹਿਬ ਦੇ ਭੋਗ ਪਏ ਨੇ ਸਤਿਗੁਰਾਂ ਨੇ ਕਿਰਪਾ ਕੀਤੀ ਪਵਨਦੀਪ ਕੌਰ ਪਿੰਡ ਸੀੜੇ ਤੋਂ ਸਾਈਪ੍ਰੈਸ ਦਾ ਵੀਜ਼ਾ ਲੱਗਿਆ ਸ਼ੁਕਰਾਨਾ ਕੀਤਾ ਮਹਾਰਾਜ ਦੁਨੀਆਂ ਦੇ ਪਿੱਛੇ ਨਾ ਲੱਗੋ ਸਾਧ ਸੰਗਤ ਇਹਨਾਂ ਨੇ ਆਪ ਦਾ ਜੋੜਨਾ ਨੀ ਗੁਰੂ ਗ੍ਰੰਥ ਸਾਹਿਬ ਨਾਲ ਆਪਾਂ ਨੂੰ ਜੋੜਨ ਨੀ ਦੇਣਾ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਭਰੋਸਾ ਬਣਾ ਕੇ ਰੱਖੋ ਅਖੰਡ ਪਾਠ ਸਾਹਿਬ ਦੀ ਬਹੁਤ ਮਹਾਨਤਾ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਉਣ ਤੋਂ ਪਹਿਲਾਂ ਹੀ ਅਨੰਦਪੁਰ ਸਾਹਿਬ ਕਰਾਇਆ ਸੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਨੂੰ ਧਰਤੀ ਤੇ ਲੈਣਾ ਸੌਖਾ ਕਿਤੇ, ਸਰਗੁਣ ਰੂਪ ਦੇ ਵਿੱਚ ਹੇਮਕੁੰਟ ਮਹਾਰਾਜ ਤਪ ਕਰ ਰਹੇ ਤੁਟ ਦਮਨ ਦੇ ਰੂਪ ਚ, ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੇ, ਪਟਨੇ ਸ਼ਹਿਰ ਚ ਮਹਾਰਾਜ ਦਾ ਪ੍ਰਕਾਸ਼ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲਿਆਉਣ ਵਾਸਤੇ ਧਰਤੀ ਤੇ, ਜੋ ਮਹਾਰਾਜ ਤਾਂ ਕਹਿੰਦੇ ਚਿਤਨਾ ਪਿਓ ਹਮਰੂ ਆਵਨ ਕੈ ਚੂਪੀ ਰਹੀ ਸੁਰਤ ਪ੍ਰਭ ਚਰਨ, ਕਹਿੰਦੇ ਮੇਰਾ ਦਿਲ ਹੀ ਨਹੀਂ ਸੀ ਕਰਦਾ ਸੰਸਾਰ ਤੇ ਆਉਣ ਦਾ, ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਓ, ਜੋ ਮਰਜ਼ੀ ਧਨ ਪਦਾਰਥ ਐਸ਼ ਈਸ਼ਰ ਦਾ ਸਮਾਨ ਇਕੱਠਾ ਕਰ ਲਓ, ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਸ਼ਾਂਤੀ ਸਾਹ ਸਕਤ ਨਾਮ ਨਾਲ ਆਉਣੀ, ਜਿਹੜਾ ਸਤਸੰਗ ਵਿੱਚ ਆਨੰਦ ਆ, ਜਿਹੜਾ ਨਾਮ ਵਿੱਚ ਆਨੰਦ ਆ, ਉਹ ਕਿਸੇ ਕਿਸੇ ਕੰਮ ਵਿੱਚ ਆਨੰਦ ਨਹੀਂ। ਇਸ ਕਰਕੇ ਹਫ਼ਤੇ ਬਾਅਦ ਸਤਸੰਗ ਹੁੰਦਾ, ਸਾਹ ਸੰਗਤ ਮਹਾਰਾਜ ਹਾਜ਼ਰ ਨਾਜ਼ਰ ਹੁੰਦੇ, ਸਤਸੰਗ ਜ਼ਰੂਰ ਕਰਿਆ ਕਰੇ। ਮਹਾਰਾਜ ਨਾਲ ਜੁੜਨਾ, ਮੂਲ ਮੰਤਰ ਦਾ ਜਾਪ ਇੱਥੋਂ ਸ਼ੁਰੂਆਤ ਕਰੋ, ਮੂਲ ਮੰਤਰ ਦੇ ਨਾਲ ਸ਼ੁਰੂਆਤ ਕਰੋ, ਹੌਲੀ ਹੌਲੀ ਅੱਗੇ ਸ਼ਬਦ ਨਾਲ ਜੋੜਦੇ ਜਾਓ। ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਸਾਹ ਸੰਗਤ, ਜਦੋਂ ਆਪਾਂ ਬਾਣੀ ਨਾਲ ਜੁੜ ਗਏ, ਸ਼ਬਦਾਂ ਦਾ ਪ੍ਰਭਾਵ ਐਸਾ, ਇਹ ਬਾਣੀ ਆਈ ਹੈ ਸੱਚਖੰਡ ਤੋਂ, ਇਹਨੇ ਆਪਾਂ ਨੂੰ ਲੈ ਕੇ ਵੀ ਸੱਚਖੰਡ ਚਲਿਆ ਜਾਣਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ, ਘਾਟ ਨਹੀਂ ਕੋਈ ਆਉਂਦੀ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ। ਗੁਰੂ ਵੀ ਵਿਸਵੇ ਸੰਗਤ ਕੀ ਵਿਸਵੇ, ਸਾਹ ਸੰਗਤ ਜੀ ਆਇਆਂ ਨੂੰ ਆਪ ਜੀ ਨੂੰ ਆ ਕੇ ਹਾਜ਼ਰੀਆਂ ਭਰੀਆਂ, ਮਹਾਰਾਜ ਮਿਹਰ ਕਰਨ, ਚੜ੍ਹਦੀਆਂ ਕਲਾਂ ਬਖਸ਼ਣ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਸੋ ਆਓ ਹਫ਼ਤਾਵਾਰੀ ਸਤਸੰਗ ਜ਼ਰੂਰ ਕਰਿਆ ਕਰੋ, ਐਸਾ ਸਮਾਂ ਤੈਨੂੰ ਫੇਰ ਨਹੀਂ ਮਿਲੇਗਾ, ਇਹ ਸਮਾਂ ਵਾਰ ਵਾਰ ਨਹੀਂ ਪ੍ਰਾਪਤ ਹੋਣਾ। ਸਾਹ ਸੰਗਤ ਸਤਿਗੁਰੂ ਨਾਲ ਜੁੜੀਏ, ਸਾਰੇ ਕਾਰਜ ਹੋ ਜਾਂਦੇ। ਧੰਨੇ ਦੀ ਬਣਾਈ ਛਪਰੀ, ਨਾਮਦੇਵ ਦੀ ਬਣਾਈ ਛਪਰੀ, ਧੰਨੇ ਦੀਆਂ ਗੁਮਾਂ ਚਾਰੀਆਂ। ਨਾਮਦੇਵ ਨੂੰ ਕਿਹਨੂੰ, ਭਗਤ ਨਾਮਦੇਵ ਕਿਹਨੂੰ, ਕੋਹਣੜ ਕਹਿੰਦੀ ਕਹਿੰਦੀ ਭਗਤ ਜੀ ਬੜੀ ਸੋਹਣੀ ਛਪਰੀ ਬਣਾਈ, ਕਿਹੜਾ ਮਿਸਤਰੀ ਲਾਇਆ, ਦੁੱਗਣੀ ਮਜ਼ਦੂਰੀ ਦੇਵਾਂਗੀ, ਮਜ਼ਦੂਰੀ ਦੁੱਗਣੀ ਉਹ ਮਿਸਤਰੀ ਬੁਲਾ ਲਓ। ਭਗਤ ਨਾਮਦੇਵ ਜੀ ਹੱਸਦੇ ਕਹਿੰਦੇ ਉਹ ਮਜ਼ਦੂਰੀ ਪ੍ਰੇਮ ਦੀ ਲੈਂਦਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਡੀ ਪ੍ਰੇਮ ਮਜ਼ਦੂਰੀ ਮੰਗ ਆ, ਉਹ ਕਹਿੰਦੇ ਗੱਲ ਪਿਆਰ ਦੀ ਹੈ। ਹੁਣ ਭਗਤ ਨਾਮਦੇਵ ਜੀ ਕੀ ਦੱਸਣ, ਵੀ ਰੱਬ ਬਣਾ ਗਿਆ ਤੇ ਝੋਂਪੜੀ, ਉਹਨੂੰ ਪੈਸੇ ਦੀ ਕੀ ਲੋੜ ਆ, ਉਹ ਤਾਂ ਪ੍ਰੇਮ ਦੀ ਖੇਡ ਹੈ। ਰੱਬ ਪਿਆਰ ਨਾ ਹੁੰਦਾ ਸਾਹ ਸੰਗਤ, ਚਤਰਾਈ ਨਾ ਚਤਰ ਕੁਝ ਪਾਈ ਦਾ, ਭੋਲੇ ਪਾਓ ਮਿਲੇ ਰਜਰਾਇਆ, ਭੋਲਿਆਂ ਨੂੰ ਰੱਬ ਮਿਲਦਾ, ਚਤਰਾਈ ਨਾ ਚਤਰ ਕੁਝ ਪਾਈ ਦਾ। ਸੁਭਾਓ ਚਤਰਾਈਆਂ ਛੱਡ ਦੋ, ਸਿਆਣਪਾਂ ਛੱਡ ਦੋ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। ਆਪਾਂ ਤਾਂ ਸੋਚਿਆ ਹੀ ਸੋਚੀ ਜਾਂਦੇ ਹਾਂ, ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਲੱਖਾਂ ਸੋਚਾਂ ਸੋਚ ਲਈਆਂ ਕੋਈ ਕੰਮ ਨਹੀਂ ਹੈ। ਛੱਡ ਦੋ ਸੋਚਾਂ,
ਚਿੰਤਾ ਛੱਡ ਦੋ, ਚਿੰਤਨ ਕਰੋ, ਮੂਲ ਮੰਤਰ ਦਾ ਜਾਪ ਕਰੋ, ਚਿੰਤਾ ਛੱਡ ਦੋ। ਜਦੋਂ ਮੂਲ ਮੰਤਰ ਦਾ ਜਾਪ ਕਰੋਗੇ, ਚਿੰਤਨ ਕਰੋਗੇ, ਗੁਰੂ ਨਾਨਕ ਸਾਹਿਬ ਨੇ ਤੁਹਾਡੀ ਚਿੰਤਾ ਦੂਰ ਕਰ ਦੇਣੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵਾਓ ਅਨੰਦ ਸਾਹਿਬ ਦੇ ਜਾਪ ਹੋਣਗੇ, ਸਾਰੇ ਰਸਾਂ ਦਾ ਮੁਕਤਰ ਕਰੋ। ਰਾਮ ਮਹੱਲਾ ਦੀਜਾ, ਅਨੰਦ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਂ। All right.